वेलकम बैक गाइस, सत श्री अकाल, नमस्ते, आदाब। जदों किसे साले तो कुछ लिया नहीं, किसे को सां नहीं कराया, कादी जी 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 करनी है, दसो आओ दिल दा नहीं माड़ा। पता लग जाना कि लगी सो इंटरव्यू जरूर देखा करो। इंटरव्यू दे कई बार आए हैं कि वीडियो दे नहीं हूँ गल लंबी करते, ठीक है। ये आप दूजे चैनल जो शो हो रहा इतने ब्लॉग्स प्लैनेट इतने ब्लॉग आने तगड़े तगड़े चिब कट देंगे, आप चिब कट देंगे। सो घैंट गलबात कर देंगे, ठीक है। एक भरा दे एक दो कमेंट आई दो दिन पहला कि अज सिद्धू मूसेवाले का नाम तो फायदा चक लिया जी, वो यार फायदा चकना यार असं हद जे फायदा चकना तो टैटू पाते सिद्धू बाई के, अभी फायदा चक लेंगे फिर अभी टैटू पाने से पोर्ट्रेट बनवाने सिद्धू बाई के, ये तो मिटने भी नहीं। सो यार बेमतलब चक रहे जो बेमतलब दल करो, इतने सही आ कले एम रिएक्शन देने वाले ना समझी आया करो कि हाँ भी बह जाते आगे गल करते कुछ जी एप्रीशिएट करे करो, उ हर जगह जाके बेफालतू नहीं बोली दा आंदा गुरदास मान साहब दिल दा नहीं माड़ा तेरा सिद्धू मूसेवाला छल्ला गाना मैं सुनते हैं लेने स्वाद बढ़ते हैं वीडियो वाल स्टे ट्यून कर दी शुरू लेट्स सी गुरदास मान एक्स सिद्धू एक्स मैग्नम मैग्नम ऑन द क्रैक ओ जवानी कोई मोड़ लिया ਛੱਜਪਾ ਛੰਡੀਆਂ ਵੇ ਗੱਲ ਸੁਣ ਛੱਲਿਆ ਹੋਲਾ ਵੇ ਸਾਰ ਕੇ ਕੀ
ਸਿਰਾ ਜਮਾ ਐਂਡ ਤਰੀਫ ਮਤਲਬ ਨੋ ਵਰਡਸ ਇਹ ਜਿਹੜੇ ਵਰਡਸ ਨੇ ਬਹੁਤ ਛੋਟੇ ਹੋ ਗਏ ਸੀਰੀਅਸਲੀ ਮਿਊਜ਼ਿਕ ਬਹੁਤ ਸੋਹਣਾ ਦਿੱਤਾ ਬਹੁਤ ਸੋਹਣਾ ਰੀਮਿਕਸ ਬਹੁਤ ਸੋਹਣਾ ਮਰਜ ਕੀਤਾ ਗਾਣਾ ਇੱਕ ਜਿਹੜੀ ਕਲੈਬ ਬਣਾਈ ਗਈ ਆ ਲੱਗ ਹੀ ਨਹੀਂ ਰਿਹਾ ਕਿ ਸੈਪਰੇਟ ਸੈਪਰੇਟ ਚੀਜ਼ਾਂ ਨੂੰ ਜੋੜ ਕੇ ਕੀਤਾ ਗਿਆ ਸਿੱਧੂ ਬਾਈ ਦੀ ਵੋਕਲ ਪੂਰਾ ਗਲਾ ਖੋਲ ਕੇ ਗਾ ਰਹੇ ਆ ਇਹ ਗੱਲ ਕੀਤੀ ਸੀ ਛੱਲਾ ਮਿਰਜ਼ਾ ਜੁਗਨੀ ਇਹ ਜਣੇ ਗਣੇ ਦੇ ਬਸ ਦਾ ਰੋਗ ਨਹੀਂ ਹੈਗਾ ਆਏ ਨੀ ਕੋਈ ਵੀ ਜਿਹੜਾ ਗਾਂਦਾ ਗਾਲੂਗਾ ਯਾਰ ਇੱਕ ਅਲੱਗ ਹੀ ਮਾਹੌਲ ਬਣ ਗਿਆ ਆ ਜਿਹੜੇ ਕਹਿੰਦੇ ਸਿੱਧੂ ਜਿਹੜੇ ਹਜੇ ਤੱਕ ਵੀ ਕਈ ਕੁਝ ਕੁ ਚੰਦ ਲੋਕ ਸੋਚਦੇ ਸਿੱਧੂ ਨੂੰ ਸਿੱਧਾ ਗਾਣਾ ਆਉਂਦਾ ਏ ਮੈਨ ਰਿਸਪੈਕਟ ਤੈਂ ਲਾ ਕੇ ਰੱਖਦੀ ਸੀ ਬੰਦੇ ਨੇ ਸਹੀ ਗੱਲ ਆ ਕਿ ਆਜੋ ਕਿਹੜੀ ਚੀਜ਼ ਦੇ ਵਿੱਚ ਤੁਸੀਂ ਮੈਨੂੰ ਚੈਲੇਂਜ ਕਰਦੇ ਹੋ ਆਜੋ ਮਿਰਜ਼ੇ ਦੇ ਬੱਟ ਕੱਢਦੇ ਜਮਾਂ ਛੱਲੇ ਦੇ ਬੱਟ ਕੱਢਦੇ ਮੇ ਵੀ ਜੁਗਨੀ ਵੀ ਗਾਇਆ ਹੋਵੇ ਵੀਡੀਓ ਲੱਭਾਂਗੇ ਜੇ ਮਿਲ ਗਈ ਤਾਂ ਜ਼ਰੂਰ ਕਿ ਪਹਿਲੇ ਟਾਈਮ ਕਾਲਜ ਟਾਈਮ ਗਾਇਆ ਹੋਵੇ ਜਾਂ ਕਿਤੇ ਵੀ ਲੱਭਾਂਗੇ ਜੇ ਮਿਲ ਗਈ ਤਾਂ ਜੁਗਨੀ ਵੀ ਜ਼ਰੂਰ ਲਾਵਾਂਗੇ ਆਪਾਂ ਹੈ ਨਾ ਚਲੋ ਕਰਦੇ ਹਾਂ ਸ਼ੁਰੂ ਯਾਰ ਮਾਹੌਲ ਘੈਂਟ ਬਣਿਆ ਹੋਇਆ ਰੋਕ ਦੇ ਕੇ ਬਾਹਲਾ ਯਾਰ ਨਹੀਂ ਕਰ ਰਿਹਾ ਬਹੁਤ ਸੋਹਣਾ ਮਿਊਜ਼ਿਕ ਦਿੱਤਾ ਹੋਇਆ ਯਾਰ ਬਹੁਤ ਸੋਹਣਾ ਏਦਾਂ ਹੀ ਲੱਗਦਾ ਪਿਆ ਜਿੱਦਾਂ ਕਿ ਗਾਣਾ ਆਪ ਰੈਕਡ ਕਰਾ ਕੇ ਪ੍ਰੋਪਰ ਮਿਊਜ਼ਿਕ ਜਿੱਦਾਂ ਹੀ ਗਾਣਾ ਸ਼ੁਰੂ ਹੋਇਆ ਮਿਊਜ਼ਿਕ ਡਾਇਰੈਕਟਰ ਆਪਣਾ ਦੇ ਰਿਹਾ ਰੈਫਰੈਂਸ ਕਿ ਹਾਂ ਵੀ ਮੈਗਨਮ ਦੈਨ ਸਿੱਧੂ ਮੂਸੇ ਵਾਲਾ ਹੈ ਨਾ ਉਹ ਚੀਜ਼ ਜਿੱਦਾਂ ਸਿੱਧੂ ਬਾਈ ਦਾ ਇੰਟਰੋਡਿਊਸ ਕਰਦੇ ਹੀ ਆ ਹਰ ਗਾਣੇ ਦੇ ਵਿੱਚ ਹੈ ਨਾ ਘੈਂਟ ਗੱਲ ਵਾ ਯਾਰ ਬਹੁਤ ਸੋਹਣਾ ਕੰਮ ਕੀਤਾ ਮਿਊਜ਼ਿਕ ਬਾਈ ਜਿਹਨੇ ਦਿੱਤਾ ਮੈਗਨਮ ਬਾਈ ਨੇ ਸੀਰੀਅਸਲੀ ਸਿੱਧੂ ਬਾਈ ਦੀ ਵੋਕਲ ਛੱਲਾ ਤਾਂ ਫਿਰ ਯਾਰ ਫੋਰ ਐਵਰ ਗੋਲਡ ਜਿਵੇਂ ਲਾ ਲਓ ਨਾ ਓਲਡ ਇਜ਼ ਗੋਲਡ ਵਾਲਾ ਕੰਮ ਗੋਲਡ ਵੀ ਛੋਟੀ ਮੋਟੀ ਚੀਜ਼ ਆ ਛੱਲੇ ਮੂਹਰੇ ਤਾਂ ਸਹੀ ਗੱਲ ਹੈ ਇਹਨੂੰ ਵਧੀਆ ਘੈਂਟ ਕਹਿੰਦੇ ਨਾ ਉਹ ਬਹੁਤ ਛੋਟੀ ਚੀਜ਼ ਆ ਤੋਲ ਨਹੀਂ ਸਕਦੇ ਇਹਨੂੰ ਕਿਸੇ ਵਰਡ ਦੇ ਵਿੱਚ ਗਾਣੇ ਨੂੰ ਛੱਲੇ ਨੂੰ ਅਤੇ ਜੋ ਸਿੱਧੂ ਬਾਈ ਨੇ ਗਾਇਆ ਗੁਰਦਾਸ ਮਾਨ ਨੇ ਤਾਂ ਕਿਹੜੇ ਟਾਈਮ ਦਾ ਗਾਇਆ ਹੈ ਨਾ ਜਿਨ੍ਹਾਂ ਨੇ ਸੁਣ ਲਿਆ ਫੀਲ ਉਹੀ ਕਰ ਸਕਦਾ ਇਹੀ ਫੀਲ ਕਰ ਰਹੇ ਵਾਕਈ ਮੈਨ ਸੀਰੀਅਸਲੀ ਯਾਰ ਵਰਡਸ ਨਹੀਂ ਆ ਹੈਟਸ ਆਫ ਮਿਊਜ਼ਿਕ ਵਾਲੇ ਨੂੰ ਵੀ ਬਹੁਤ ਸੋਹਣਾ ਕੰਮ ਕੀਤਾ ਗਾਇਆ ਸਿੱਧੂ ਨੇ ਮੈਨ ਪੂਰਾ ਗਲਾ ਖੋਲ ਕੇ ਬੰਦੇ ਨੇ ਸੁਰ ਦੀ ਪੂਰੀ ਨੌਲੇਜ ਰੱਖ ਕੇ ਉਈ ਨਹੀਂ ਕਿ ਛੱਲਾ ਗਾਣ ਲੱਗਾ ਮੈਂ ਬੈਠੇ ਹਾਂ ਪ੍ਰੋਪਰ ਇੱਕ ਇੱਕ ਸਕੇਲ ਦਾ ਧਿਆਨ ਰੱਖਿਆ ਗਿਆ ਦੈਨ ਬੀਟਾਂ ਵਿੱਚ ਜਿਹੜੀਆਂ ਚੱਲਦੀਆਂ ਪਈਆਂ ਬੀਟਸ ਦੇ ਉੱਤੇ ਪ੍ਰੋਪਰ ਕੰਮ ਕੀਤਾ ਗਿਆ ਮਿਊਜ਼ਿਕ ਪਰਫੈਕਟ ਚੱਲ ਰਿਹਾ ਵਧੀਆ ਮਾਹੌਲ ਬਣਿਆ ਇਹ ਹੈੱਡਫੋਨ ਲਾ ਕੇ ਸੁਣਿਓ ਦੋਨੇ ਹੈੱਡਫੋਨ ਲਾ ਕੇ ਤਾਂ ਹੀ ਘੱਟ ਰੋਕਿਆ ਇੱਕ ਅੱਧੀ ਵਾਰ ਅਸੀਂ ਰੋਕਿਆ ਰੋਕਣ ਨੂੰ ਦਿਲ ਹੀ ਨਹੀਂ ਕੀਤਾ ਜਮਾ ਐ ਨਹੀਂ ਲੱਗਾ ਕਿ ਹਨਾ ਇੱਕ ਵਧੀਆ ਗਾ ਰਿਹਾ ਇੱਕ ਥੋੜਾ ਘੱਟ ਦੋਨੇ ਲੈਜੈਂਡ ਨੇ ਦੋਨੇ ਲੈਜੈਂਡ ਨੇ ਆਪਾਂ ਉਹ ਨਹੀਂ ਕਹਿ ਸਕਦੇ ਕਿਉਂਕਿ ਗੁਰਦਾਸ ਮਾਨ ਸਾਹਿਬ ਨੇ ਤਾਂ ਉਹਨਾਂ ਦੇ ਦਾਇਆ ਸ਼ੁਰੂਆਤ ਹੈ ਇਹ ਚੀਜ਼ ਦੀ ਤੇ ਉਸ ਤੋਂ ਬਾਅਦ ਫਿਰ ਮਿਹਨਤ ਬੰਦੇ ਦੀ ਸਿੱਧੂ ਜੀ ਤੇ ਇੱਕ ਬਾਜ਼ ਓਏ ਆ ਜੀ ਵਾਕਈ ਹਰ ਇੱਕ ਚੀਜ਼ ਦਾ ਗਿਆਨ ਆ ਬਈ ਸਿੱਧੂ ਬਾਈ ਨੂੰ ਸਹੀ ਆ ਸੋ ਇਹ ਚੀਜ਼ ਕਹਿਣੀ ਕਿ ਵੀ ਯਾਰ ਇਹਨੂੰ ਆਏ ਨਹੀਂ ਆਉਂਦਾ ਗਾਉਣਾ ਸਿੱਧਾ ਸਿੱਧਾ ਗਾ ਰਿਹਾ ਬੰਦੇ ਨੇ ਟ੍ਰੈਂਡ ਸੈੱਟ ਕੀਤੇ ਆ ਟ੍ਰੈਂਡ ਸੈੱਟ ਦਾ ਸਹੀ ਆ ਹੁਣ ਐਗਜ਼ਾਮਪਲ ਹੁਣ ਜੇ ਮਿਊਜ਼ਿਕ ਆਰਟਿਸਟ ਤਾਂ ਮਿਊਜ਼ਿਕ ਆਰਟਿਸਟ ਹੋ ਗਿਆ ਸਹੀ ਆ ਉਹਦਾ ਕੰਮ ਤਾਂ ਮਿਊਜ਼ਿਕ ਹੀ ਆ ਉਹੀ ਸਿੱਧੂ ਬਾਈ ਦੇ ਗਾਣੇ ਦੇ ਰਹੀ ਉਹੀ ਹੋਰ ਕਿਤੇ ਦੇ ਰਹੇ ਪਰ ਪਤਾ ਨਹੀਂ ਕਿਉਂ ਉਹ ਚੀਜ਼ ਨਹੀਂ ਦੇਖ ਦਿਲ ਨਹੀਂ ਕਰਦਾ ਉਹ ਬਣਨੀ ਨਹੀਂ ਬਾਈ ਸੱਚਾਈ ਜਿਹੜੀ ਚੀਜ਼ ਕਹਿੰਦੇ ਆਏ ਸ਼ੁਰੂ ਤੋਂ ਇਹ ਚੀਜ਼ ਵਾਕਈ ਸੱਚ ਆ ਸਿੱਧੂ ਕਹਿ ਕਹਾ ਕੇ ਹੈ ਨਾ ਚੀਜ਼ਾਂ ਐਡ ਓਬਵੀਅਸਲੀ ਕਰਾਉਂਦਾ ਸੀ 100% ਤੇ ਵੀਡੀਓ 'ਚ ਵੀ ਇਹੀ ਚੀਜ਼ ਆ ਉਹ ਜਿਹੜੀਆਂ ਉਹਦੀਆਂ ਵੀਡੀਓਜ਼ ਨੇ ਨਾ ਉੱਦਾਂ ਦੀ ਵੀਡੀਓ ਨਾ ਵੀਡੀਓਜ਼ ਨਾ ਵਿਜ਼ੂਅਲ ਨਾ 뮤직 ਨਾ ਕੁਝ ਇਦਾਂ ਦੀ ਕੰਪੋਜੀਸ਼ਨ ਗਾਣੇ ਤਾਂ ਭੁੱਲ ਹੀ ਜਾਓ ਮੁਕਾਬਲਾ ਤਾਂ ਬਸ ਭੁੱਲ ਹੀ ਜਾਓ ਲਿਰਿਕਸ ਤਾਂ ਭੁੱਲ ਜਾਓ ਕਿ ਵੀ ਹਾਂ ਉਹਦੇ ਲਿਰਿਕਸ ਕਾਪੀ ਹੋ ਸਕਦੇ ਆ
ਪਰ ਉਹਦੇ ਲਿਰਿਕਸ ਨੂੰ ਬੀਟ ਕਰਨ ਲਈ ਕੋਈ ਕੁਛ ਨਹੀਂ ਲਿਖ ਸਕਦਾ। ਇਹ ਨਾ ਗਾ ਸਕਦਾ, ਇਹ ਦਾਵਾ ਵਾ ਚਾਹੇ ਕੋਈ ਮਰਜ਼ੀ ਸਿੰਗਰ ਆ ਰਿਹਾ ਵਾ ਜਾਂ ਹੈ ਇਸ ਟਾਈਮ ਇੰਡਸਟਰੀ ਦੇ ਵਿੱਚ, ਚਾਹੇ ਘੈਂਟ ਆਪਣੇ ਆਪ ਨੂੰ ਫੁੱਲ ਕੇ ਬਾਈ ਮੇਰਾ ਨਾਚ ਚੱਲਦਾ ਮੇਰੀ ਇੰਡਸਟਰੀ ਦੇ ਵਿੱਚ ਤੂਤੀ ਬੋਲਦੀ ਆ ਕੁਛ ਵੀ, ਪਰ ਸਿੱਧੂ ਨਾਲ ਕੋਈ ਮੁਕਾਬਲਾ ਨਹੀਂ। ਸਿੱਧੂ ਇੱਕੋ ਹੀ ਸੀ, ਇੱਕੋ ਹੀ ਹੈ ਤੇ ਇੱਕੋ ਹੀ ਰਹਿਣਾ। ਤੁਸੀਂ ਆਪ ਦੇਖ ਲਓ ਰਣਜੀਤ ਬਾਵਾ ਰਿਸਪੈਕਟ, ਸਭ ਤੋਂ ਤਕੜਾ ਗਾਇਕ ਉਹਨਾਂ ਦਾ। ਬਿਲਕੁਲ, ਉਹ ਬੰਦਾ ਵੀ ਕਹਿ ਰਿਹਾ ਕਹਿੰਦਾ ਜੇ ਮੈਂ ਸਿੱਧੂ ਦਾ ਗਾਣਾ ਮੈਂ ਖਰਾਬ ਕਰ ਦੂੰ। ਬਿਲਕੁਲ, ਕਿਉਂਕਿ ਉਹਦੇ ਗਾਣੇ ਬਣੇ ਹੀ ਨਹੀਂ, ਮਤਲਬ ਉਹਦੇ ਗਾਣੇ ਸਿਰਫ ਉਹਦੇ ਲਈ ਬਣੇ ਹੀ ਬਣੇ ਸੀ। ਤੁਸੀਂ ਇੰਜੋਏ ਕਰਿਓ, ਸੁਣਿਓ, ਪ੍ਰੋਪਰ ਹੈੱਡਫੋਨ ਲਾ ਕੇ ਫੀਲ ਕਰਿਓ, ਸਹੀ ਆ, ਵੋਕਲ ਚੈੱਕ ਕਰਿਓ, ਸਕੇਲ ਚੈੱਕ ਕਰਿਓ ਕਿਹੜੇ ਸਕੇਲ 'ਤੇ ਗਾਇਆ ਜਾ ਰਿਹਾ ਵਾ, ਸਹੀ ਆ, ਬੀਟ ਚੈੱਕ ਕਰਿਓ ਕਿ ਐਂ ਨਹੀਂ ਲੱਗ ਰਿਹਾ ਕਿ ਬੀਟ ਨਾਲ ਗਾਣੇ ਦਾ ਫਲੋ ਟੁੱਟ ਰਿਹਾ ਵਾ, ਵੀ ਜ਼ਿਆਦਾ ਬੀਟ ਵੱਜ ਰਹੀ ਆ। ਪ੍ਰੋਪਰ ਮੈਚ ਰੱਖਿਆ ਗਿਆ, ਕੰਮ ਇੱਕਦਮ ਪਰਫੈਕਟ ਰੱਖਿਆ ਗਿਆ, ਸਹੀ ਆ। ਸੋ ਇਹ ਗਾਣੇ ਦੇ ਲਿਰਿਕਸ ਆਲਮੋਸਟ ਸਾਰਿਆਂ ਨੂੰ ਪਤਾ ਹੀ ਨਹੀਂ, ਸਹੀ ਆ, ਤਾਂ ਕਰਕੇ ਇਹਦੇ ਬਾਰੇ ਐਕਸਪਲੇਨ ਕੀ ਕਰਨਾ ਹੈ ਨਾ, ਕਿਉਂਕਿ ਆਲਮੋਸਟ ਛੱਲਾ ਸਾਰਿਆਂ ਨੇ ਸੁਣਿਆ ਹੀ ਹੋਇਆ ਵਾ, ਸਹੀ ਆ। ਬਟ ਸਿੱਧੂ ਬਾਈ ਦੀ ਵੋਕਲ ਦੇ ਵਿੱਚ ਸੁਣਨਾ ਇਹ ਜੀ ਇੱਕ ਅਲੱਗ ਚੀਜ਼ ਹੋ ਗਈ, ਅਤੇ ਜਿਵੇਂ ਕਲੈਬ ਬਣਾਈ ਗਈ ਆ ਉਹ ਇੱਕ ਡਿਫਰੈਂਟ ਹੋ ਗਿਆ ਨਾ। ਸਹੀ ਗੱਲ, ਜ਼ਰੂਰ ਸੁਣਿਓ, ਬਾਕੀ ਨੂੰ ਪਸੰਦ ਆਓ, ਬਾਕੀ ਹੈਸ਼ਟੈਗ ਜ਼ਰੂਰ ਯੂਜ਼ ਕਰੋ, ਵੱਧ ਤੋਂ ਵੱਧ ਵੀ ਵਾਂਟ ਜਸਟਿਸ ਫੋਰ ਸਿੱਧੂ ਮੂਸੇਵਾਲਾ, ਅਵੋਇਡ ਫੇਕ ਨਿਊਜ਼ ਐਂਡ ਮੀਡੀਆ, ਬਾਕੀ ਚੈਨਲ ਨੂੰ ਸਬਸਕ੍ਰਾਈਬ, ਸ਼ੇਅਰ, ਲਾਈਕ, ਕਮੈਂਟ ਜ਼ਰੂਰ ਕਰਿਓ, ਅਤੇ ਆਪਣੇ ਦੂਜੇ ਚੈਨਲ ਨੂੰ ਜਾ ਕੇ ਜ਼ਰੂਰ ਸਬਸਕ੍ਰਾਈਬ ਕਰ ਲਿਓ, ਜਿਹੜਾ ਵਲੌਗਸ ਪਲੈਨਟ ਇੱਥੇ ਸ਼ੋ ਹੋ ਰਿਹਾ, ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਆ, ਜ਼ਰੂਰ ਕਰਿਓ ਯਾਰ, ਜਾ ਕੇ ਪਿਆਰ ਦਿਓ, ਅਤੇ ਉੱਤੇ ਆਪਾਂ ਕੰਮ ਦੀ ਚੀਜ਼ਾਂ ਲੈ ਕੇ ਆਵਾਂਗੇ, ਜਿੱਦਾਂ ਦੀਆਂ ਹੁਣ ਵੀਡੀਓਜ਼ ਪਾਈਆਂ ਨੇ ਉਹ ਦੇਖਿਓ ਜਾ ਕੇ, ਅਗਰ ਤੁਹਾਨੂੰ ਲੱਗਦੀਆਂ ਨੇ ਕਿ ਹਾਂ ਵੀ ਕੰਮ ਦੀ ਚੀਜ਼ ਦੇ ਮਤਲਬ ਇੱਕ ਸਹੀ ਗੱਲ ਦੇ ਉੱਤੇ ਬੋਲ ਰਹੇ ਹਾਂ ਜਾਂ ਗੱਲ ਕਰ ਰਹੇ ਹਾਂ, ਬੇਤੁਕੀਆਂ ਗੱਲਾਂ ਨਹੀਂ ਕਰ ਰਹੇ, ਤਾਂ ਸਬਸਕ੍ਰਾਈਬ ਕਰਿਓ, ਅਦਰਵਾਈਜ਼ ਨਾ ਕਰਿਓ ਕੋਈ ਚੱਕਰ ਵਾਲੀ ਗੱਲ ਨਹੀਂ, ਸਹੀ ਆ। ਸੋ ਬਾਕੀ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ, ਉਹਦੀ ਉਹ ਵਲੌਗਸ ਵਾਲੀ, ਇਹ ਵਾਲੀ ਤਾਂ ਤੁਸੀਂ ਪਿਆਰ ਦਿਓ, ਹੈਸ਼ਟੈਗ ਵਰਤਿਓ ਬਸ ਕਮੈਂਟਾਂ ਦੇ ਵਿੱਚ, ਘੰਟੀ ਦਾ ਬਟਨ ਨਾ ਵੀ ਦੱਬੇ ਕੋਈ ਚੱਕਰ ਨਹੀਂ। ਅਦਿਓਜ਼ ਅਮੀਗੋ।